ਮੇਰਾ ਨਾਂ ਦਲੀਪ ਸਿੰਘ ਹੈ ਜੀ, ਅਤੇ ਨਮੁੱਲੀ 'ਚ ਮੈਂ ਰਹਿਣ ਵਾਲਾ ਹਾਂ, ਜ਼ਮੀਨ ਵੀ ਨਮੁੱਲੀ ਦੀ ਹੈ। ਅਤੇ ਇਹਨਾਂ ਨੂੰ ਮੈਂ ਕਈ ਵਾਰ ਕਿਹਾ ਵੀ ਬੰਦੇ ਨਹਿਰ ਵਾਲਿਆਂ ਨੂੰ ਵੀ ਯਾਰ ਲੀਕ ਅੱਧੀ ਵੀ ਨਹਿਰ ਲੀਕ ਅੱਧੀ ਵੀ ਇਹਨੂੰ ਹੱਲ ਕਰੋ, ਸਾਡਾ ਨੁਕਸਾਨ ਬਹੁਤ ਹੋਣਾ ਹੈ। ਬਬਲੀ ਵਰਕ ਕਰਦੇ ਨਾਲ ਲੋਕਾਂ ਨੂੰ ਪਹਿਲਾਂ ਪਾਣੀ ਲਾਉਣ ਦੇ, ਖੂਹ ਤੋਂ ਬਾਅਦ ਕਰਨਾ, ਅਤੇ ਅੱਜ ਰਾਤ ਨੂੰ ਪਾਣੀ ਨਹਿਰ ਟੁੱਟ ਗਈ ਹੈ। ਅਤੇ ਅਸੀਂ ਬੜਾ ਜਦੋਂ ਯਾਦ ਕਰਕੇ ਇਹਨਾਂ ਲੋਕਾਂ ਨੂੰ ਕਿਹਾ, ਠਾਲਿਆ ਵੀ ਹੈ ਵੀ ਆ ਜਾਓ, ਨਹਿਰ ਟੁੱਟ ਗਈ ਹੈ। ਇਹ ਨਹਿਰ ਟੁੱਟ ਗਈ, ਹੰਦਵਾੜ ਤੋਂ ਥੱਲੇ ਕੇ ਪਾਣੀ ਚੜ ਗਿਆ ਸਾਰਾ ਹੀ। ਨੁਕਸਾਨ ਤਾਂ ਇਹ 15-20 ਕਿੱਲੇ ਦਾ ਸਾਡੇ ਲੱਗਦੇ ਜਾਗਦੇ ਪਏ ਨਾ, ਉਹ ਤੋਂ ਅੱਗੇ ਹੰਦਵਾੜ ਪਾਣੀ ਕਿੰਨਾ ਨੁਕਸਾਨ ਹੋਇਆ, ਲਾਹੇ ਪਾਣੀ ਕਿੰਨਾ ਹੋਇਆ ਜੀ, ਇੱਦਾਂ ਲਾਹੇ ਕੇ ਪਾਣੀ ਚੱਲ ਗਿਆ। ਨਹਿਰ ਮਹਿਕਮੇ ਮੈਂ 2-3 ਮਹੀਨੇ ਕਹਿੰਦੇ ਉਹਨੂੰ ਵੀ ਨਹਿਰ ਲੀਕ ਕਰਦੀ ਪਈ ਹੈ, ਇਹਦਾ ਹੱਲ ਕਰੋ, ਇਹਦਾ ਹੱਲ ਕਰੋ। ਮੈਨੂੰ ਉਹਨਾਂ ਨੇ ਇਹ ਕਿਹਾ ਵੀ ਇਹ ਪਾਣੀ ਪਹਿਲੇ ਲੋਕਾਂ ਨੂੰ ਲਾਉਣ ਦੀ, ਫਿਰ ਹੱਲ ਕਰਨੇ ਆ। ਮੈਂ ਕਿਹਾ ਤੁਹਾਡੀ ਮਰਜ਼ੀ ਵੀ ਨਹੀਂ ਕਰਨਾ, ਨਾ ਕਰੋ ਤੁਹਾਨੂੰ ਮਾਰ ਦੇਗੇ ਤੁਸੀਂ। ਹੁਣ ਵੀ ਫੋਨ ਕੀਤਾ, ਇੱਕ ਹੈਗਾ ਬੰਦਾ ਨਹਿਰ ਦੇ ਮਹਿਕਮੇ ਜੇ ਰਹਿੰਦਾ, ਹੁਣ ਕੰਢੀ ਨਹਿਰ ਚੱਲ ਗਿਆ, ਉਹਨੂੰ ਟੈਲੀਫੋਨ ਕੀਤਾ ਮੇਰੇ ਭਰਾ ਨੇ ਦਲਬਾਗ ਸਿੰਘ ਨੂੰ, ਸਾਡੇ ਪਿੰਡ ਦਾ ਬੰਦਾ, ਉਹ ਵੀ ਦਲਬਾਗ ਸਿੰਘ, ਤੇ ਉਹ ਵੀ ਨਹਿਰ ਚ ਲੱਗੇ ਆ, ਤਾਂ ਉਹਦੀ ਡਿਊਟੀ ਉੱਪਰ ਹੈ ਜਾਂ ਮੁੰਡਾ ਗੇਟਾ ਵੱਲ, ਤੇ ਉਹਨੂੰ ਟੈਲੀਫੋਨ ਕੀਤਾ ਵੀ ਨਹਿਰ ਟੁੱਟ ਗਈ ਹੈ ਤਾਂ ਨਹਿਰ ਬੰਦ ਕਰਾ ਦਿਓ। ਤੇ ਹੁਣ ਪਤਾ ਨੀ ਕਰਾਈ ਜਾਂ ਨਹੀਂ ਕਰਾਈ, ਉਹਨਾਂ ਨੂੰ ਪਤਾ ਹੋਣਾ ਜੀ, ਅਸੀਂ ਤਾਂ ਇਹੀ ਗੱਲ ਕਰ ਸਕਦੇ। ਸਾਡੀ ਮਹਿਕਮੇ ਹੀ ਨਕਮੀ ਹੈ, ਉਹ ਕਿਹਦੀ ਨਕਮੀ ਹੈ? ਨਹਿਰ ਇੱਦਾਂ ਹੀ ਹੁੰਦੀ ਹੈ ਜੀ, ਦੇਖੋ ਜੀ ਹਾਲ, ਦੇਖੋ ਜੀ ਨਹਿਰ ਦਾ, ਕਦੀ ਸਾਫ਼ ਨੀ ਕੀਤੀ ਗਈ, ਉਹਦੇ ਨਜ਼ਰੇ ਵਾਲੇ ਆਉਂਦੇ ਬਹਿ ਬੂਹ ਚੱਲ ਜਾਂਦੇ, ਕਦੀ ਦੇਖੋ ਬੂਢੀ, ਦੇਖੋ ਸਾਡੀ ਨਹਿਰਾਂ ਦੇ ਆ ਕੇ ਪੱਧੇ ਪੱਧਰਾ ਹੋਇਆ ਸਾਰਾ, ਇੱਦਾਂ ਹੀ ਹੈ। ਅਸੀਂ ਮੰਗ ਇਹ ਕਹਿੰਦੇ ਨਹਿਰ ਪੱਧਰੀ ਕਰੋ, ਜਿਹੜੀ ਲੀਕ ਕਰਦੀ ਹੈ ਲੀਕ ਠੀਕ ਕਰੋ। ਮੰਗ ਤਾਂ ਵੱਡੀ ਇਹੀ ਹੈ ਵੀ ਨਹਿਰ ਠੀਕ ਕਰਨੀ ਚਾਹੀਦੀ ਹੈ, ਨਹਿਰ ਠੀਕ ਹੀ ਨਹੀਂ, ਸਾਇੰਸ ਦੇ ਨੁਕਸਾਨ, ਜਾਨੀ ਨੁਕਸਾਨ ਨਹੀਂ ਹੋਇਆ ਜੀ, ਮਾਲੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਜੀ, ਪਰ ਜਾਨੀ ਨੁਕਸਾਨ ਨਹੀਂ ਹੋਇਆ। ਵੀ ਕਹਿ ਜੀ ਤੁਹਾਨੂੰ ਕੀ ਝੂਠ ਕਹੀਏ, ਇਹ ਕਹਿਣ ਦੀ ਲੋੜ ਹੀ ਕੋਈ ਸਾਨੂੰ? ਹਾਂਜੀ, ਮੇਰਾ ਨਾਂ ਸੁਖਰਾਮ ਸਿੰਘ ਹੈ ਜੀ। ਸਰ ਆ ਜਿਹੜੀ ਨਹਿਰ ਟੁੱਟੀ ਹੈ, ਕਿੰਨਾ ਨੁਕਸਾਨ ਜਿਹੜਾ ਹੋਇਆ ਇੱਥੇ? ਇਹ ਦੇਖੋ ਜੀ, ਨਹਿਰ ਪਤਾ ਨਹੀਂ 3 ਜਾਂ 4 ਵਜੇ ਰਾਤ ਦੀ ਟੁੱਟੀ ਹੈ, ਸਵੇਰੇ ਦੇਖੀ ਹੈ 6 ਵਜੇ, ਕਿਉਂਕਿ ਪਾਣੀ ਇਹ ਸਾਰੇ ਦੇਖੋ ਨਾ, ਇੱਥੇ 10 ਕਿੱਲੇ ਤੱਕ ਘੱਟੋ ਘੱਟ ਪਾਣੀ ਇਹ ਲੱਗ ਗਿਆ, 10-15 ਕਿੱਲੇ ਗਾਂਹ ਪਤਾ ਨਹੀਂ ਕਿੰਨਾ ਪਾਣੀ ਆ, ਇਹਦਾ ਸਾਨੂੰ ਅਨੁਮਾਨ ਨਹੀਂ, ਅਸੀਂ ਤਾਂ ਇੱਥੇ ਖੜੇ ਹਾਂਗੇ। ਪਰ ਪਿੰਡਾਂ ਵਾਲੇ ਆ ਰਹੇ ਨੇ, ਹੁਣ ਉਹ ਬੰਦਾ ਗਿਆ ਪਿੰਡ ਵਾਲਾ, ਹੰਦਵਾੜ ਵਾਲਾ, ਕਹਿੰਦਾ ਸਾਡੇ ਪਿੰਡ ਰੋਲਾ ਪਿਆ ਸੀ, ਪਾਣੀ ਟੁੱਟ ਗਿਆ, ਨਹਿਰ ਟੁੱਟ ਗਈ, ਹੋ ਸਕਦਾ ਥੱਲੇ ਕਿੱਥੋਂ ਤੋਂ ਪਾਣੀ ਚਲਾ ਗਿਆ, ਕਿੰਨਾ ਨੁਕਸਾਨ ਹੋਇਆਗਾ। ਅੱਗੇ ਲਾਹਾ ਪਿੰਡ ਹੈ, ਮਹਿਕਮੇ ਨੂੰ 6:30-7 ਵਜੇ ਅਸੀਂ ਦਲਬਾਗ ਸਿੰਘ ਨੂੰ ਫੋਨ ਕੀਤਾ ਸੀ, ਕਿਉਂਕਿ ਉਹਦਾ ਸਾਡੇ ਕੋਲ ਫੋਨ ਸੀ, ਉਹ ਸ਼ਾਇਦ ਹੁਣ ਕੰਢੀ ਨਹਿਰ ਦੇ ਵਿੱਚ ਜਿਹੜਾ ਬਦਲੀ ਹੋ ਕੇ ਚਲਾ ਗਿਆ ਮੁਲਾਜ਼ਮ ਇਹਨਾਂ ਦਾ, ਉਹ ਫਿਰ ਸਾਨੂੰ ਕਹਿੰਦਾ ਲੱਕੀ ਨੂੰ ਫੋਨ ਕਰੋ। ਅਸੀਂ ਕਿਹਾ ਸਾਡੇ ਕੋਲ ਲੱਕੀ ਦਾ ਫੋਨ ਹੈ ਨਹੀਂ, ਤੂੰ ਹੁਣ ਲੱਕੀ ਨੂੰ ਫੋਨ ਕਰ। ਉਹਨੇ ਲੱਕੀ ਨੂੰ ਫੋਨ ਕਰਤਾ, ਪਾਣੀ ਉਸੇ ਵੇਲੇ ਉਹਨਾਂ ਨੇ ਬੰਦ ਕਰਤਾ ਉੱਪਰੋਂ, ਪਰ ਪਾਣੀ ਦਾ ਫਿਰ ਵੀ 5-6 ਘੰਟੇ ਚੱਲਣਾ ਹੀ ਹੈ ਨਾ, ਜਿਹੜਾ ਪਾਣੀ ਨਹਿਰ ਦੇ ਵਿੱਚ ਆ ਰਿਹਾ ਗਾ, ਇਹ ਪਾਣੀ ਤਾਂ ਮੁੱਕ ਕੇ ਹੋਊਗਾ ਨਾ। ਨਹੀਂ, ਮਹਿਕਮੇ ਦੀ ਨਾਕਾਮੀ ਦੇ ਸਾਹਮਣੇ ਦਿਖਦੀ ਹੈ ਜੀ, ਮਤਲਬ 3 ਸਾਲਾਂ ਲਗਾਤਾਰ ਇਹ ਜਿੱਥੇ ਆਪਾਂ ਖੜੇ ਹਾਂ ਇੱਥੇ ਪਾਰ ਟੁੱਟਿਆ ਹੋਇਆ, ਗਰਮੀਆਂ ਨੂੰ ਇਹਨਾਂ ਠੀਕ ਕੀਤਾ, ਉਸ ਤੋਂ ਬਾਅਦ ਇੱਧਰ ਲੀਕੇਜ ਹੁੰਦੀ ਰਹੀ ਹੈ, ਉੱਪਰ ਲੀਕ, ਇਹਨਾਂ 3-4 ਦਿਨ ਮੁਲਾਜ਼ਮਾਂ ਨੂੰ ਕਹਿੰਦੇ ਪਿਆ, ਪਰ ਇਹ ਕਹਿੰਦੇ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਦੇ ਕੇ ਨਾ ਲੋਕਾਂ ਨੂੰ, ਜਿਹੜਾ ਪਾਣੀ ਪੂਣੀ ਲੱਗਿਆ ਪਹਿਲੇ, ਅਤੇ ਫਿਰ ਇਹਦਾ ਕੰਮ ਕਰਨੇ ਆਗੇ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸਰਕਾਰ ਅੱਗੇ ਸਾਡੀ ਇਹ ਗੁਜ਼ਾਰਿਸ਼ ਹੈ, ਮੰਗ ਹੈ ਕਿ ਸਰਕਾਰ ਇਸ ਨਹਿਰ ਨੂੰ ਦੁਬਾਰਾ ਇਹਦੀ ਰਿਪੇਅਰ ਕਰੇ ਠੀਕ ਢੰਗ ਦੇ ਨਾਲ, ਤਾਂ ਕਿ ਇਹ ਲੋਕਾਂ ਦਾ ਨੁਕਸਾਨ ਨਾ ਹੋਵੇ। ਬਹੁਤ ਮਿਹਨਤ ਦੇ ਨਾਲ ਕਣਕ ਜਿਹੜੀ ਲਾਈ ਜਾਂਦੀ ਹੈ। ਥੱਲੇ ਜਾਓ ਉੱਧਰ ਹੀ ਟੁੱਟਦੀ ਰਹਿੰਦੀ, ਮਤਲਬ ਥਾਂ ਥਾਂ ਟੁੱਟਦੀ ਰਹਿੰਦੀ ਹੈ ਨਹਿਰ।